ਮੋਗਾ ਜ਼ਿਲ੍ਹੇ ਦੇ ਪਿੰਡ ਸੱਦਾ ਸਿੰਘ ਵਾਲਾ ਵਿੱਚ ਇੱਕ ਨੌਜਵਾਨ ਦੀ ਵੱਧ ਮਾਤਰਾ ਵਿੱਚ ਨਸ਼ਾ ਲੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਗਾ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਨਸ਼ੇ ਦੀ ਵਰਤੋਂ ਕਾਰਨ ਉਸ ਦੇ ਨੌਜਵਾਨ ਪੁੱਤਰ ਦੀ ਜਾਨ ਚਲੀ ਗਈ। ਉਹਨਾਂ ਕਿਹਾ ਕਿ ਮ੍ਰਿਤਕ ਨੌਜਵਾਨ 1.5 ਸਾਲ ਦੀ ਉਮਰ ਦਾ ਸੀ ਜਦੋਂ ਉਹ ਆਪਣੀ ਮਾਂ ਨਾਲ ਆਪਣੇ ਨਾਨਕੇ ਚਲਾ ਗਿਆ। ਪਿਤਾ ਵੱਲੋਂ ਸ਼ਿਕਾਇਤ ਕਰਨ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਿੱਟੇ ਨਾ ਹੋਈ ਹੈ ਜੀ। ਕਿੱਥੋਂ ਲੈਂਦਾ ਚਿੱਟਾ? ਚਿੱਟਾ ਕਪਾਲ ਸਿੰਘ ਤੋਂ ਆਉਂਦੇ ਆ ਜੀ ਲੈਂਦਾ। ਉਹ ਕੌਣ ਹੈ? ਉਹ ਤੋਂ ਬੰਦਾ ਜੀ ਕੋਈ ਸੱਦਾ ਸਿੰਘ ਵਾਲੇ। ਅਤੇ ਪਹਿਲਾਂ ਤੋਂ ਚਿੱਟਾ ਲਾਉਂਦਾ ਸੀਗਾ ਇਹ? ਕਿਵੇਂ ਲਾਉਂਦਾ ਸੀਗਾ ਦੱਸਦੇ ਪਹਿਲਾਂ ਤੋਂ? ਕਿੰਨਾ ਚਿਰ ਹੋ ਗਿਆ? ਹੁਣ ਆਪਾਂ ਕੀ ਕਹਿ ਸਕਦੇ ਬੱਚਿਆਂ ਦਾ ਜੀ। ਅਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ? ਸਖ਼ਤ ਕਾਰਵਾਈ ਇਹਨਾਂ 'ਤੇ ਚਾਹੀਦੀ ਹੈ ਜੀ। ਅੱਗੇ ਵੀ ਇੱਕ ਦੋ ਬੰਦੇ ਮਰੇ ਇੱਥੇ ਨਾਲ ਹੀ, ਇੱਕ ਘਰ ਛੱਡ ਕੇ ਨਾਲ ਮੁੰਡਾ ਮਰਿਆ ਚਿੱਟਾ ਪੀ ਗਈ। ਇੱਕ ਵਿਖਦਾ ਤਾਂ ਫੇਰ ਹੀ ਪਿੰਡ 'ਚੋਂ ਫੇਰ ਹੀ ਸਬੂਤ ਆਉਂਦਾ ਜੀ ਕੋਈ। ਅਤੇ ਪੁਲਿਸ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਪੁਲਿਸ ਆਵੇ ਆਈ ਹੈ ਲੈ ਕੇ ਇੱਥੇ ਆਈ ਹੈ ਜੀ। ਅੱਧੂ ਅੱਗੇ ਉਹਨਾਂ ਨੂੰ ਕੋਈ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜਿਹੜਾ ਲੜਕੇ ਦਾ ਪਿਓ ਹੈਗਾ ਵਾ, ਉਹਨੇ ਜਿਹੜਾ ਇਹ ਮੁੰਡਾ ਸੀਗਾ ਜਿਹਦੀ ਮੌਤ ਹੋਈ ਆ, ਇਹ ਆਪਣੇ ਸਹੁਰੇ ਪਰਿਵਾਰ ਨੂੰ ਦਿੱਤਾ ਹੋਇਆ ਸੀ 1.5 ਸਾਲ ਦਾ ਜਦੋਂ ਸੀਗਾ ਉਹ। ਉਸ ਤੋਂ ਬਾਅਦ ਅੱਜ ਜਿਹੜਾ ਹੈਗਾ ਇਹਦਾ ਪਿਓ ਨੂੰ ਕਿਸੇ ਨੇ ਇਤਲਾਹ ਦਿੱਤੀ ਉੱਥੇ ਪਿੰਡ ਜਾ ਕੇ ਵੀ ਤੇਰੇ ਮੁੰਡੇ ਦੀ ਜਿਹੜੀ ਹੈਗੀ ਆ ਨਸ਼ੇ ਨਾਲ ਮੌਤ ਹੋਈ ਆ, ਅਤੇ ਜਿਹੜੇ ਫਲਾਣੇ ਬੰਦੇ ਤੋਂ ਲੈ ਕੇ ਆਇਆ ਵਾ, ਕੋਈ ਨਾਂ ਪਤਾ ਨਹੀਂ ਕਿਹਦਾ ਲੈ ਰਿਹਾ ਹੈ। ਉਹਦੇ ਬਾਰੇ ਜਦੋਂ ਅਸੀਂ ਪਿੰਡ ਦੇ ਵਿੱਚ ਆ ਕੇ ਪਤਾ ਕੀਤਾ, ਆਏ ਪਿੰਡ ਦੇ ਵਿੱਚ ਤਾਂ ਸਾਰਾ ਪਿੰਡ ਇੱਕ ਪਾਸੇ ਸੀ, ਔਰ ਉਹ ਸਾਰਾ ਇਹ ਕਹਿ ਰਿਹਾ ਸੀਗਾ ਵੀ ਇਹ ਜਿਹੜਾ ਇਹਦਾ ਪਿਓ ਹੈਗਾ ਇਹ ਗਲਤ ਆ, ਸਾਡਾ ਮੁੰਡੇ ਨੂੰ ਜਿਹੜੀ ਆ ਮੌਤ ਦੌਰਾ ਪੈਣ ਨਾਲ ਹੋਈ ਆ, ਕਿਉਂਕਿ ਉਹਨੂੰ ਅੱਗੇ ਵੀ ਦੌਰੇ ਪੈਂਦੇ ਆ। ਹੁਣ ਜਿਹੜੀ ਇਹ ਗੱਲ ਕਹਿ ਰਿਹਾ ਵਾ, ਹੁਣ ਉਹਦੀ ਜਾਂਚ ਕਰਦੇ ਹਾਂ, ਫਿਰ ਉਹ ਜਾਂਚ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਉਣਗੇ ਫਿਰ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ।